ਸੋ 10 ਮਾਰਚ ਨੂੰ ਪੰਜਾਬ ਦੇ ਸਿਆਸਤ ਦੇ ਵਿੱਚ ਇੱਕ ਵੱਡਾ ਦਿਨ ਰਹੇਗਾ ਕਿਹੜਿਆਂ ਦੀ ਕਿਸਮਤ ਖੁੱਲੇਗੀ ਕਿ ਕਿਸ ਦੀ ਕਿਸਮਤ ਨੂੰ ਜਿੰਦੇ ਲੱਗਣਗੇ ਇਹ ਤਾਰੀਖ ਤੈਅ ਕਰੇਗੀ ਪੰਜਾਬ ਲੋਕ ਕਾਂਗਰਸ ਇਸ ਵੇਲੇ ਕਾਫੀ ਐਕਟਿਵ ਦਿਖਾਈ ਦੇ ਰਹੀ ਹੈ ਉਸ ਦੇ ਬੁਲਾਰੇ ਪਰਤਪਾਲ ਸਿੰਘ ਬਲੇਵਰ ਤੇ ਆਮ ਆਦਮੀ ਪਾਰਟੀ ਦੇ ਨਿਸ਼ਾਨਾ ਸਰ ਦੇ ਵਿੱਚ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪੰਜਾਬ ਤੋਂ ਬਾਹਰ ਭੇਜਣ ਦਾ ਕੰਮ ਕੀਤਾ ਜਾ ਰਿਹਾ ਹੈ ਕਿਸੇ ਨੂੰ ਰਾਜਸਥਾਨ ਤੇ ਕਿਸੇ ਨੂੰ ਡਾਰਚ ਲੇਗਾ ਤਾਂ ਦੂਜੇ ਪਾਸੇ ਕੁਲਦੀਪ ਸਿੰਘ ਵੈਦ ਉਮੀਦਵਾਰ ਗਹਿਲਾ ਉਹਨਾਂ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਖੰਡਨ ਕੀਤਾ ਹੈ ਕਿ ਬੇਬੁਨਿਆਦ ਗੱਲਾਂ ਕਰਨ ਨਾਲ ਕੋਈ ਵੱਡਾ ਨਹੀਂ ਹੋ ਜਾਂਦਾ ਤਾਂ ਪੂਰੇ ਬਾਬਲੇ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਲੁਧਿਆਣਾ ਤੋਂ ਮਹੇਸ਼ਿੰਦਰ ਸਿੰਘ ਗਰੇਵਾਲ ਕਹਿੰਦੇ ਨੇ ਕਿ ਪਾਰਟੀਆਂ ਜਿੰਨੀਆਂ ਮਰਜ਼ੀ ਜੋੜ ਤੋੜ ਦੀ ਰਾਜਨੀਤੀ ਕਰ ਲੈਣ ਸੀਟਾਂ ਨਹੀਂ ਆਉਣਗੀਆਂ ਆਇਆ ਐਵੇਂ ਐਸੀ ਮੈਂ ਉਹਨੂੰ ਕੱਲ ਇੱਕ ਟੀਵੀ ਚੈਨਲ ਤੇ ਕਿਹਾ ਸੀ ਕਿ ਇਹੋ ਜੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਇਹੋ ਜੀ ਆ ਕੋਈ ਮਸਲਾ ਨਹੀਂ ਆ ਤੁਸੀਂ 10 ਮਾਰਚ ਕੇ ਆਈ 2 ਮਾਰਚ ਤਾਂ ਹੋ ਗਈ ਹੈ 10 ਮਾਰਚ ਨੂੰ ਤੁਸੀਂ ਰਿਜ਼ਲਟ ਵੇਖ ਲਿਓ ਕਿਉਂ ਆਪਾਂ ਅਨੈਸੀਸਰੀ ਕਿਆਸ ਲਾਈਆਂ ਲਾਉਣੇ ਐ ਏਦਾਂ ਨਹੀਂ ਏਦਾਂ ਹੋ ਜਾਏਗਾ ਏਦਾਂ ਨਹੀਂ ਏਦਾਂ 10 ਮਾਰਚ ਨੂੰ ਪੰਜਾਬ ਦੇ ਲੋਕਾਂ ਨੇ ਫਤਵਾ ਦੇ ਦੇਣਾ ਤੇ ਮੈਂ ਤੁਹਾਨੂੰ ਇੱਥੇ ਇੱਕ ਕਲੀਅਰ ਕਰਨਾ ਚਾਹੁੰਦਾ ਆ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਨੇਤ੍ਰਿਤਵ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ 100% ਬਣੇ ਗੱਲ ਇਹ ਆ ਕਿ ਰਾਜਸਥਾਨ ਕਿਉਂ ਜਾ ਰਹੇ ਨੇ ਅੱਜ ਦਾ ਸਵਾਲ ਪੁੱਟਾਂ ਉਹਨਾਂ ਨੂੰ ਕਿ ਉਹਨਾਂ ਨੂੰ ਡਰ ਸਟੌਨ ਲੱਗ ਗਿਆ ਕੈਪਟਨ ਅਮਰਿੰਦਰ ਸਿੰਘ ਦਾ ਇਹਨਾਂ ਤੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਵੈਲਵਿਸ਼ਰ ਕਾਂਗਰਸ ਪਾਰਟੀ ਨੇ ਟਿਕਟਾਂ ਦਿੱਤੀਆਂ ਸੀ ਕਿ ਸਾਡੀ ਟੁੱਟ ਨਾ ਪਵੇ ਉਹਨਾਂ ਨੂੰ ਨਫਰਤ ਕਰਨ ਲੱਗਣ ਲੱਗ ਗਿਆ ਕਿ ਇਹ ਜਿੱਤੇ ਵੀ ਜਾਣੇ ਨੇ ਤੇ ਕੈਪਟਨ ਨੇ ਫਿਰ ਲੈ ਜਾਣੇ ਨੇ ਸਾਨੂੰ ਤਾਂ ਉਮੀਦ ਹੈ ਕਿ ਸਾਡੀ ਮжоਰਿਟੀ ਨਾਲ ਸਰਕਾਰ ਬਣੂਗੀ ਪਰ ਫਿਰ ਵੀ ਉਹਨਾਂ ਨੂੰ ਡਰ ਲੱਗਣ ਲੱਗ ਗਿਆ ਹੋਇਆ ਉਹ ਚਾਹੇ ਕਾਂਗਰਸ ਪਾਰਟੀ ਵਾਲੇ ਨੇ ਚਾਹੇ ਆਮ ਆਦਮੀ ਪਾਰਟੀ ਆ ਇਹਦਾ ਸਵਾਲ ਪੁੱਛਿਆ ਇਹ ਦੋਵਾਂ ਦੇ ਪੱਲੇ ਕੱਖ ਨਹੀਂ ਐਵੇਂ ਡਰੀ ਬੈਠੇ ਆ ਕਿ ਪਤਾ ਨਹੀਂ ਸਾਡੇ ਐਮਐਲਏ ਤੋੜ ਲੈਣਗੇ ਪੰਜਾਬ ਦੀ ਕਾਂਗਰਸ ਦੀ ਮੌਜੂਦਾ ਸਰਕਾਰ ਹੈ ਜੇ ਉਹਨਾਂ ਨੂੰ ਇੱਥੇ ਬੈਠੇ ਆਪਣੇ ਐਮਐਲਏ ਤੇ ਇਤਵਾਰ ਨਹੀਂ ਗਿਆ ਉਹ ਰਾਜਸਥਾਨ ਜਾ ਕੇ ਜਾਦਾ ਰੱਖ ਲੈਣਗੇ ਪ੍ਰੋਬਲਮ ਇਹ ਹੈ ਕਿ ਉਹਨਾਂ ਦੇ ਆਉਣੇ 8 10 ਕਾਂਗਰਸ ਉਹਨਾਂ ਨੂੰ ਲੱਗਦਾ 8 ਦੇ 10 10 ਹੀ ਨਾ ਕਿਤੇ ਕਾਲੀਆਂ ਤੁਰ ਜਾਣ ਤਾਲ ਗਏ ਹੈ ਹੋਰ ਕੋਈ ਵਜ੍ਹਾ ਨਹੀਂ ਕੀ ਜਿੰਨਾ ਇਹੀ ਹਾਲਾਤ ਆਦਵੀ ਪਾਰਟੀ ਦਾ ਹੋਣਾ ਉਹ ਵੀ 20 ਤੋਂ ਥੱਲੇ ਰਹਿਣੇ ਆ ਇਹ ਸਾਰੀ ਸਥਿਤੀ ਬੜੀ ਸਪਸ਼ਟਾ ਜਿੰਨੀ ਪਿਛਲੀ ਵਾਰ ਕਾਂਗਰਸ ਦੇ ਆਏ ਸੀ ਉਹਨੇ ਸ਼੍ਰੋਮਣੀ ਕਾਲੀ ਦਲ ਤੇ ਬਸਪਾ ਦੇ ਜਿਨਨੇ ਪਿਛਲੀ ਵਾਰ ਅਕਾਲੀ ਦਲ ਦੇ ਆਏ ਸੀ ਉਦੋਂ ਉਹਨੇ ਉਹਨੇ ਕਾਂਗਰਸ ਦੇ ਆਪ ਉਥੇ ਦੀ ਉਥੇ ਰਹਿਣੀ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪਤਪਾਲ ਸਿੰਘ ਬੜੀਵਾਲ ਕਾਂਗਰਸ ਨੂੰ ਸਵਾਲਾਂ ਦੇ ਕਿਰੇ ਵਿੱਚ ਖੜਾ ਕਰ ਰਹੇ ਨੇ ਟਵੀਟ ਕਰਕੇ ਲਿਖਿਆ ਕਿ ਇੰਡੀਆਨ ਨੈਸ਼ਨਲ ਕਾਂਗਰਸ ਵੀ ਤੁਹਾਡੇ ਇਹ ਵਿਧਾਇਕਾਂ ਦਾ ਜ਼ਿਕਰ ਅਸੀਂ ਕਰ ਰਹੇ ਹਾਂ ਸੋ ਇੰਡੀਆਨ ਨੈਸ਼ਨਲ ਕਾਂਗਰਸ ਕੀ ਇਹ ਤੁਹਾਡੇ ਵਿਧਾਇਕਾਂ ਨੂੰ ਸ਼੍ਰੀ ਬਾਲਾ ਜੀ ਮੰਦਰ ਦੇ ਵਿੱਚ ਜੋ ਨਤਮਸਟਕ ਹੋਣ ਪਹੁੰਚੇ ਨੇ ਜੋ ਰਾਜਸਥਾਨ ਦੇ ਵਿੱਚ ਹੈ ਇਹ ਛੁੱਟੀਆਂ ਜਾਂ ਬਚਾ ਇਕ ਸਵਾਲ ਪਾਇਆ ਹੈ ਪੰਜਾਬ ਇਲੈਕਸ਼ਨ ਵੀ ਸੁਭਾਈ ਦੇ ਮਤੇ ਨਸਰ ਸੋ ਦੇਖ ਸਕਦੇ ਹੋ ਇਸ ਤਸਵੀਰ ਦੇ ਵਿੱਚ ਗੁਰਪ੍ਰੀਤ ਗੁਰਕੀਰਤ ਸਿੰਘ ਕੋਟਲੀ ਲਖਵੀਰ ਸਿੰਘ ਲਖਾ ਤੇ तमाम ਨੁਮਾਇੰਦੇ ਪੰਜਾਬ ਕਾਂਗਰਸ ਦੇ ਜਿਨ੍ਹਾਂ ਦੇ ਇੱਕ ਤਸਵੀਰ ਜਨਤਕ ਕਰਕੇ ਪੰਜਾਬ ਲੋਕ ਕਾਂਗਰਸ ਯਾਨਕੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਨੁਮਾਇੰਦੇ ਵੱਡਾ ਸਵਾਲ ਚੁੱਕ ਰਹੇ ਨੇ ਸਵਾਲ ਬਾਲਾ ਸਰ ਮੰਦਰ ਦੇ ਵਿੱਚ ਜਿਹੜਾ ਇਨਤਮਸਤਕ ਹੋਣ ਵਾਸਤੇ ਨਮਾਇंदे ਪਹੁੰਚ ਪਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਸ ਤਸਵੀਰ ਨੂੰ ਮੁੱਖ ਬਣਾ ਕੇ ਸਵਾਲ ਕਾਂਗਰਸ ਕੈਪਟਨ ਦੀ ਚੁੱਕ ਰਹੀ ਹੈ ਸੋ ਰਾਜਸਥਾਨ ਦੇ ਵਿੱਚ ਮੰਦਰ ਹੈ ਜਿੱਥੋਂ ਕੇ ਨੁਮਾਇੰਦੇ ਮੱਥਾ ਟੇਕਣ ਵਾਸਤੇ ਗਏ ਸੀ ਪਰ ਇਹ ਸਾ ਤਸਵੀਰ ਨੂੰ ਮੁੱਖ ਆਧਾਰ ਬਣਾ ਕੇ ਪਰਤਪਾਲ ਸਿੰਘ ਵਲੇਬਲ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਕਹਿੰਦੇ ਨੇ ਕਿ ਇਹ ਕਾਂਗਰਸ ਬਚਾਅ ਦੀ ਰਣਨੀਤੀ ਕਰ ਰਹੀ ਹੈ ਜਾਂ ਇਸ ਨੂੰ ਕਿਸ ਸੰਦਰਭ ਚ ਦੇਖੀਏ